ਜਿਹੜਾ ਸਾਡਾ ਪੰਜਾਬ ਬੋਲਦਾ ਹੈ ਚੱਲਦਾ ਜਿਹੜਾ ਮੁਹਿੰਮ ਸਾਡੀ ਜਿਹਦੇ ਤਹਿਤ ਇਹ ਸੱਤਵਾਂ ਪ੍ਰੋਗਰਾਮ ਹੈ। ਇਦੋਂ ਪਹਿਲਾਂ ਅਸੀਂ ਮੁਕੇਰੀਆਂ, ਜਲਾਲਾਬਾਦ, ਬਠਿੰਡਾ ਦਿਹਾਤੀ ਦਾ ਪਿੰਡ ਪਥਰਾਲਾ ਹੈ ਨਾ, ਅਤੇ ਉੱਧਰੋਂ ਅਮਰਗੜ੍ਹ ਹਲਕੇ ਦੇ ਵਿੱਚ ਕਰ ਚੁੱਕੇ ਹਾਂ। ਕੱਲ੍ਹ ਨੂੰ ਦਾਖਾ ਪਿੰਡ ਦਾ ਆਪਣਾ ਪਾਇਲ ਦਾ ਹਲਕਾ ਹੈ ਉੱਥੇ ਦਾ। ਸੋ ਇੱਥੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਚਾਰ ਬਾਈ ਇਲੈਕਸ਼ਨ ਹੋ ਰਹੀਆਂ ਨੇ ਉਹਨਾਂ ਚਾਰਾਂ ਦੇ ਵਿੱਚ ਮੈਂ ਜਾਊਂਗਾ, ਜਿੱਥੇ ਵੀ ਵਰਕਰ ਵਲੰਟੀਅਰ ਬੁਲਾਉਣਗੇ ਪਾਰਟੀ ਦੇ, ਅਤੇ ਪੂਰਾ ਡਟ ਕੇ ਪ੍ਰਚਾਰ ਕਰਾਂਗੇ ਅਤੇ ਇੱਕ ਟੀਮ ਦੀ ਤਰ੍ਹਾਂ ਅਸੀਂ ਲੜਾਂਗੇ। ਦੇਖੋ ਲੋਕ ਦੋਨਾਂ ਪਾਰਟੀਆਂ ਤੋਂ, ਕਾਂਗਰਸ ਅਤੇ ਅਕਾਲੀ ਦਲ ਤੋਂ ਦੁਖੀ ਨੇ, ਬਹੁਤ ਵਾਰੀ ਉਹਨਾਂ ਨੂੰ ਪਰਖ ਚੁੱਕੇ ਨੇ। ਹਰ ਵਾਰੀ ਲੋਕ ਜਿਹੜੇ ਨੇ ਉਹ ਧੋਖੇ ਦਾ ਸ਼ਿਕਾਰ ਹੀ ਹੁੰਦੇ ਨੇ, ਉਹਨਾਂ ਨਾਲ ਚੀਟਿੰਗ ਹੁੰਦੀ ਹੈ, ਉਹ ਵੱਡੇ ਸੁਪਨੇ ਦਿਖਾ ਦਿੰਦਾ, ਅਗਲੀ ਵਾਰ ਲੱਗਦਾ ਯਾਰ ਹੁਣ ਇਹ ਠੀਕ ਹੋ ਗਿਆ ਹੋਣਾ, ਪਰ ਜਦੋਂ ਉਹ ਗੱਦੀ 'ਤੇ ਬਹਿੰਦਾ ਉਹ ਵੀ ਫਿਰ ਉਹੀ ਰੱਟ ਲਾਉਂਦਾ, ਖਜ਼ਾਨਾ ਖਾਲੀ ਖਜ਼ਾਨਾ ਖਾਲੀ, ਅਤੇ ਆਪਣਿਆਂ ਨੂੰ ਦੇਣ ਵਾਸਤੇ ਕਦੇ ਖਜ਼ਾਨਾ ਖਾਲੀ ਨਹੀਂ। ਸੋ ਇਸ ਕਰਕੇ ਕੈਪਟਨ ਸਾਹਿਬ ਅਤੇ ਬਾਦਲ ਸਾਹਿਬ ਆਪਸ 'ਚ ਰਲੇ ਹੋਏ ਨੇ। ਉਹਨਾਂ ਦਾ ਕੈਪਟਨ ਸਾਹਿਬ ਦਾ ਇਹ ਕਹਿਣਾ ਕਿ ਜਦਕਿ ਇੱਕ ਪਾਸੇ ਜਾਂਚ ਚੱਲ ਰਹੀ ਹੈ, ਅਤੇ ਇਹ ਕਹਿਣਾ ਜਾਂਚ ਦੇ ਦੌਰਾਨ ਹੀ ਕਿ ਬਾਦਲਾਂ ਦਾ ਕੋਈ ਕਸੂਰ ਹੀ ਹੈ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦ ਵਿੱਚ, ਇੱਥੋਂ ਤਾਂ ਸਿੱਧ ਬਿਲਕੁਲ ਹੀ ਸਿੱਧ ਹੋ ਗਿਆ ਕਿ ਉਹ ਆਪਸ ਦੇ ਵਿੱਚ ਇਕੱਠੇ ਨੇ ਅਤੇ ਇੱਕ ਦੂਜੇ ਨੂੰ ਕੇਸਾਂ ਤੋਂ ਬਚਾਉਂਦੇ ਨੇ। ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ, ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿਣਾ। ਦੇਖੋ ਪੰਜਾਬੀ ਬੋਲੀ ਐਡੇ ਅਮੀਰ ਵਿਰਸੇ ਵਾਲੀ ਬੋਲੀ ਹੈ ਕਿ ਇਹਦੇ ਬਾਰੇ ਤਾਂ ਸੋਚ ਹੀ ਨਹੀਂ, ਸੁਪਨੇ 'ਚ ਵੀ ਨਾ ਸੋਚੇ ਕਿ ਕੋਈ ਸਾਡੇ ਉੱਤੇ ਕੋਈ ਹੋਰ ਭਾਸ਼ਾ ਸਾਡੇ 'ਤੇ ਕੋਈ ਥੱਪ ਦੂਗਾ। ਜਿਹੜੀ ਬੋਲੀ ਵਿੱਚ ਮਾਨਾਂ ਲਈਆਂ ਲੋਰੀਆਂ ਉਸੇ ਕੋਲੋਂ ਕਿਉਂ ਰੱਖੀ ਅਸੀਂ ਚੋਰੀਆਂ। ਸੋ ਇਹ ਸਾਡੀ ਜਿਹੜੀ ਮਾਂ ਬੋਲੀ ਹੈ ਉਹਦੇ ਵਿੱਚ ਮੇਰੇ ਖਿਆਲ ਨਹੀਂ ਕੋਈ ਦੁਨੀਆ ਭਰ ਦੀ ਭਾਸ਼ਾ ਦੇ ਵਿੱਚ ਇੰਨੇ ਰੰਗ ਹੋਣਗੇ ਜਿੰਨੀਆਂ ਬਣਨਗੀਆਂ ਸਾਡੀ ਬੋਲੀ 'ਚ ਨਹੀਂ। ਸੋ ਸਾਨੂੰ ਮਾਣ ਇਸ ਗੱਲ ਦਾ ਕਿ ਸਾਡੀ ਬੋਲੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਛਾਈ ਹੋਈ ਹੈ। ਬੋਲੀਵੁੱਡ ਦੇ ਜਿਹੜੇ ਫਿਲਮਕਾਰ ਨੇ ਉਹ ਵੀ ਨਹੀਂ ਜਿੰਨਾ ਚਿਰ ਦੋ ਤਿੰਨ ਗਾਣੇ ਪੰਜਾਬੀ ਬੀਟ ਦੇ ਜਾਂ ਪੰਜਾਬੀ ਕਹਾਣੀਆਂ, ਮਾਚਿਸ ਫਿਲਮ ਪੰਜਾਬੀ ਕਹਾਣੀ, ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਪੰਜਾਬੀ ਕਹਾਣੀ, ਜਬ ਵੀ ਮੈਟ ਪੰਜਾਬੀ ਕਹਾਣੀ, ਵੱਡੀਆਂ ਵੱਡੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਦੀ ਕਹਾਣੀਆਂ ਪੰਜਾਬੀ ਬੇਸ ਜਾਂ ਪੰਜਾਬੀ ਪਰਿਵਾਰਾਂ ਨਾਲ ਰਿਲੇਟਡ ਜਾਂ ਫਿਰ ਪੰਜਾਬੀ ਗਾਣੇ। ਸੋ ਬੋਲੀਵੁੱਡ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਉਹਨਾਂ ਚਿਰ ਜਿੰਨਾ ਚਿਰ ਪੰਜਾਬੀ ਗਾਣੇ ਜਾਂ ਪੰਜਾਬੀ ਸਟੋਰੀ ਬੇਸ ਨਾ ਹੋਵੇ। ਸੋ ਸਾਡੀ ਬੋਲੀ ਜਿਹੜੀ ਆ ਉਹ ਪਿਆਰ ਕਰਦੇ ਹਾਂ ਅਸੀਂ ਉਹਨੂੰ।